साथियो वाहगुरु जी का खालसा वाहगुरु जी की फतेह। ये अपनी यूनियन का जिहड़ा चैनल आ 98.94 दा, इहनूं वध तों वध सबसक्राइब करो। जिहड़ी अगे तो कोई भी लाइव की जानकारी आ तुहानूं इस ते ही दित्ती जाएगी। वाहगुरु जी का खालसा वाहगुरु जी की फतेह। जय जनता जय संघर्ष जित लड़दे लोगों की। मेरे बहुत ही सत्कारयोग 98.94 ETT केडर साथियो, सारे मेरे भैणां ते भरावां नूं सति श्री अकाल। साथियो जिवें कि तुहानूं पता ही है कि 27 तरीक नूं अपनी कोर्ट दे विच जिहड़ी हेयरिंग है स्टे दी बाबत, ते तो अपने वास्ते इक खुशी दी गल वी है कि जिहड़ा रोस्टल 26 तरीक तों लग रिहा 26 तों 30 तक, उस दे विच जिहड़ा अनिल खेत्रपाल जज साहब ने ਉਹ ਬੈਠ ਰਹੇ ਨੇ। ਸੋ ਦੁਆ ਕਰਦੇ ਹਾਂ ਪਰਮਾਤਮਾ ਅੱਗੇ ਕਿ ਆਪਣਾ ਕੇਸ ਆ ਜਿਹੜਾ 25-5-62 ਵਾਲਾ ਉਹ ਸ਼੍ਰੀ ਅਨਿਲ ਖੇਤਰਪਾਲ ਜੀ ਕੋਲ ਲੱਗੇ, ਅਤੇ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਕੇਸ ਡਿਸਪੋਜ ਆਫ ਕਰੇ ਨੇ, ਉਸੇ ਤਰ੍ਹਾਂ ਇਸ ਕੇਸ ਨੂੰ ਵੀ ਸਟੇ ਬ੍ਰੇਕ ਕਰਕੇ ਅਤੇ ਡਿਸਪੋਜ ਆਫ ਕਰਕੇ ਅਤੇ ਆਪਾਂ ਨੂੰ ਇੱਕ ਖੁਸ਼ਖਬਰੀ ਦੇਣ, ਅਤੇ ਆਪਣੇ ਕੇਡਰ ਦੇ ਵਿੱਚ ਇੱਕ ਖੁਸ਼ੀ ਦਾ ਆਲਮ ਆ ਜਿਹੜਾ ਉਹ ਆਵੇ। ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ, ਤੁਹਾਡੇ ਸਾਥ ਨਾਲ ਤੁਹਾਡੀਆਂ ਅਰਦਾਸਾਂ ਨਾਲ ਆਸਾਂ ਨਾਲ ਅੱਗੇ ਲੱਗੇ ਹੋਏ ਹਾਂ। ਸੋ ਅੱਗੇ ਲੱਗ ਕੇ ਕੰਮ ਕਰ ਰਹੇ ਹਾਂ, ਤੁਹਾਡੀ ਸਪੋਰਟ ਨਾਲ ਕਰ ਰਹੇ ਹਾਂ, ਤਾਂ ਸਾਥੀਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਪਿਛਲੇ ਕਈ ਦਿਨਾਂ ਤੋਂ ਦੇਖਿਆ 8 ਤਰੀਕ ਤੋਂ ਬਾਅਦ ਨਾ ਕੋਈ ਮੈਸੇਜ ਕਿਸੇ ਸਾਥੀ ਦਾ ਗਰੁੱਪਾਂ ਦੇ ਵਿੱਚ ਆ ਰਿਹਾ, ਨਾ ਕੋਈ ਫੰਡ ਦਾ ਮੈਸੇਜ ਆ ਰਿਹਾ। ਸਾਰੇ ਸਾਥੀ ਜਿਹੜੇ ਥੋੜ੍ਹੇ ਜਿਹੇ ਨਿਰਾਸ਼ਾ ਦੇ ਆਲਮ ਵਿੱਚ ਸੀ, ਸੋ ਜਿਹੜਾ ਰੋਸਟਰ ਆਇਆ ਉਹਦੇ ਵਿੱਚ ਅਨਿਲ ਖੇਤਰਪਾਲ ਜੀ ਆਏ ਨੇ। ਸੋ ਆਪਣੇ ਕੇਸ ਉਹਨਾਂ ਕੋਲ ਜਾਣ, ਹੋਪ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਜਲਦੀ ਤੋਂ ਜਲਦੀ ਜਿਹੜਾ ਆਪਣਾ ਹੱਲ ਹੋਵੇ, ਆਪਾਂ ਸਕਰੂਟਨੀ ਕਰਾਈਏ, ਲਿਸਟਾਂ ਪਵਾਈਏ, ਅਤੇ ਸਟੇਸ਼ਨ ਲੈ ਕੇ ਜਿਹੜੇ ਆਪੋ ਆਪਣੇ ਸਕੂਲਾਂ ਦੇ ਵਿੱਚ ਪਹੁੰਚੀਏ। ਸੋ ਸਾਥੀਓ ਫੰਡ ਦੀ ਗੱਲ ਕਰਦੇ ਹਾਂ। ਸੋ ਹੱਥ ਜੋੜ ਕੇ ਅਪੀਲ ਆ ਜਿਨ੍ਹਾਂ ਸਾਥੀਆਂ ਨੇ ਫੰਡ ਪਾ ਤਾ, ਕਈ ਸਾਥੀਆਂ ਨੇ 3-3 ਵਾਰੀ ਪਾ ਤਾ, 2-2 ਵਾਰੀ, 1-1 ਵਾਰੀ ਵੀ, ਉਹਨਾਂ ਅੱਗੇ ਸਿਰ ਝੁਕਦਾ ਨਮਸਕਾਰ ਕਰਦੇ ਹਾਂ। ਪਰ ਜਿਹੜੇ ਸਾਥੀਆਂ ਨੇ ਹਜੇ ਫੰਡ ਨਹੀਂ ਪਾਇਆ, ਥੋੜ੍ਹਾ ਜਿਹਾ ਉਹ ਵੀ ਇਸ ਗੱਲ ਵੱਲ ਗੌਰ ਕਰਨ। ਸੋ ਫੰਡ ਪਾਓ ਸਾਥੀਓ, ਕਿਉਂਕਿ ਇਹ ਨਾ ਹੋਵੇ ਵੀ ਵਕੀਲ ਦੀ ਜਿਹੜੀ ਆਖਰੀ ਕਿਸ਼ਤ ਰਹਿੰਦੀ ਆ ਉਹ ਰਹਿ ਜੇ, ਅਤੇ ਫਿਰ ਜੇ ਵਕੀਲ ਸਾਹਿਬ ਪੇਸ਼ ਨਾ ਹੋਏ ਤਾਂ ਆਪਣਾ ਕੁਛ ਨਹੀਂ ਬਣਨਾ। ਕਿਉਂਕਿ ਤੁਹਾਨੂੰ ਪਤਾ ਹਾਈਕੋਰਟ ਦੇ ਵਿੱਚ ਵਕੀਲ ਸਾਰੇ ਪੈਸੇ ਪਹਿਲਾਂ ਲੈਂਦਾ, ਅਤੇ ਬਾਅਦ ਦੇ ਵਿੱਚ ਜਿਹੜਾ ਉਹ ਕੋਰਟ ਦੇ ਵਿੱਚ ਜਾਂਦਾ। ਸੋ ਇਸ ਕਰਕੇ ਚੈੱਕ ਭਾਵੇਂ ਆਪਾਂ ਦਿੱਤੇ ਹੋਏ ਨੇ, ਪਰ ਫਿਰ ਵੀ ਜਿਹੜਾ ਪੈਸਾ ਵਕੀਲ ਦੇ ਹੱਥ 'ਚ ਪਹੁੰਚ ਜਾਵੇ ਉਹਦੇ ਨਾਲ ਦੀ ਰੀਸ ਨਹੀਂ, ਵਕੀਲ ਨੂੰ ਵੀ ਹੌਸਲਾ ਹੋ ਜਾਂਦਾ, ਆਪਣੇ ਦਿਲ 'ਚ ਵੀ ਕੋਈ ਡਰ ਨਹੀਂ ਰਹਿੰਦਾ ਵੀ ਆਪਣਾ ਫੰਡ ਰਹਿੰਦਾ, ਸ਼ਾਇਦ ਤਾਂ ਹੀ ਇਹ ਕੰਮ ਹੋ ਗਿਆ। ਸੋ ਫੰਡ ਵੀ ਵੱਧ ਤੋਂ ਵੱਧ ਕਰੋ ਸਾਥੀਓ, ਅਤੇ ਬਾਕੀ ਡੋਲਣ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। 27 ਤਰੀਕ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਬਾਬਾ ਨਾਨਕ ਮਿਹਰ ਕਰੂਗਾ, ਕੇਸ ਡਿਸਪੋਜ ਆਫ ਹੋਣਗੇ, ਅਤੇ ਜੁਲਾਈ ਦੇ ਪਹਿਲੇ ਹਫ਼ਤੇ ਆਪਾਂ ਜਿਹੜਾ ਰਿਜ਼ਲਟ ਲੈ ਕੇ ਅਗਲੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰਾਂਗੇ। ਸੋ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।